ਮੇਰਾ ਨਾਮ ਮੁੰਟੀ ਐਮਸੀ ਹੈ ਜੀ। ਰਾਤੀ ਫਾਦਰ ਸਾਹਿਬ ਨੇ ਦੁਕਾਨ ਵਧਾਈ, ਦੁਕਾਨ ਵਧਾ ਕੇ ਮੈਂ ਚਲ ਗਿਆ ਕਿਤੇ ਕੰਮ, ਤੇ ਫਾਦਰ ਸਾਹਿਬ ਬੈਠੇ ਸੀ ਦੁਕਾਨ ਤੇ। ਉਹਨਾਂ ਨੇ ਦੁਕਾਨ ਵਧਾ ਕੇ ਤੇ ਕਲੈਕਸ਼ਨ ਸਾਰੀ ਕੁੜਤੇ ਜੇਬ ਦੇ ਵਿੱਚ ਪਾਈ ਸੀਗੀ। ਉਹ ਰਾਤ ਦੋ ਜਣੇ ਪਿੱਛੇ ਲੱਗੇ, ਉਹਨਾਂ ਨੇ ਕੁੜਤੇ ਜੇਬ ਖਿੱਚ ਕੇ ਤੇ ਜੋ ਦਿਨੋ ਦਿਨ ਵੀ ਸ਼ਹਿਰ ਦੇ ਵਿੱਚ ਇਹੋ ਜਿਹੇ ਹਾਲਾਤ ਨੇ, ਦਿਨੋ ਦਿਨ ਕ੍ਰਾਈਮ ਵੱਧਦਾ ਤੁਰਿਆ ਜਾਂਦਾ ਵੀ ਲਾ ਲਓ ਤੁਸੀਂ ਸ਼ਰੇਆਮ ਗੁੰਡਾਗਰਦੀ ਕਤਲ। ਜੇ ਸਾਡੇ ਲੋਕਾਂ ਦਾ ਇਹ ਹਾਲ ਹੈ ਤੇ ਅਸੀਂ ਲੋਕਾਂ ਦਾ ਦੂਜਿਆਂ ਦਾ ਕੀ ਜਾ ਕੇ ਅਸੀਂ ਪਿੱਛੇ ਜਾਵਾਂਗੇ ਤੇ ਕੀ ਅਸੀਂ ਲੋਕਾਂ ਦਾ ਸੁਧਾਰ ਕਰਾਂਗੇ, ਕੀ ਅਸੀਂ ਸ਼ਹਿਰ ਦਾ ਸੁਧਾਰ ਕਰਾਂਗੇ। ਜੇ ਮੈਂ ਕੌਂਸਲ ਹੁੰਦੇ ਹਾਂ ਮੇਰੇ ਨਾਲ, ਮੇਰੇ ਫਾਦਰ ਸਾਹਿਬ ਨਾਲ, ਜਾਂ ਸਾਡੇ ਪਰਿਵਾਰ ਨਾਲ ਇਹ ਘਟਨਾ ਵਾਪਰੀ ਹੈ, ਅਸੀਂ ਕੀ ਦੂਜਿਆਂ ਨਾਲ ਅਸੀਂ ਕੀ ਜਾ ਕੇ ਇਨਸਾਫ ਦਵਾ ਸਕਾਂਗੇ। ਅਸੀਂ ਪ੍ਰਸ਼ਾਸਨ ਕੋਲੋਂ ਇਹੀ ਮੰਗ ਕਰਦੇ ਹਾਂ, ਪ੍ਰਸ਼ਾਸਨ ਵੀ ਥੋੜ੍ਹਾ ਜਿਹਾ ਹੋਵੇ ਦਿਨ ਵੀ ਸਖਤੀ ਵਰਤੇ ਜਾਂ ਕਰੇ। ਚੋਰਾਂ ਨੂੰ ਮੰਨ ਲਓ ਸਾਰਾ ਕੁਛ ਹੀ ਪਤਾ ਹੁੰਦਾ, ਇਹਨਾਂ ਨੂੰ ਪਤਾ ਹੁੰਦਿਆਂ ਬਾਵਜੂਦ ਇਹਨਾਂ ਨੇ ਅੱਜ ਮੰਨ ਲਓ ਫੜੇ ਆ, ਕੋਈ ਸਿਫਾਰਸ਼ੀ ਚਲ ਗਿਆ ਜਾਂ ਕੋਈ ਚਲ ਗਿਆ, ਜਾ ਕੇ ਬੰਦੇ ਛੱਡ ਦਿੰਦੇ ਨੇ, ਉਹੀ ਬੰਦੇ ਦੁਬਾਰਾ ਲੋਕਾਂ ਦੀਆਂ ਜੇਬਾਂ ਨੂੰ ਪੈਂਦੇ ਨੇ। ਅੱਜ ਮੰਨ ਲਓ ਚਲੋ ਅਸੀਂ ਸਾਡਾ ਥੋੜ੍ਹਾ ਬਹੁਤਾ ਚਲੋ ਕਾਰੋਬਾਰ ਚੱਲਦਾ, ਅਸੀਂ ਸਿੰਨੇ ਹਾਂ ਘਰੋਂ ਅਤੇ ਚਲੋ ਅਸੀਂ ਚੱਲ ਲਾਂਗੇ। ਜਿਹੜਾ ਗਰੀਬ ਬੰਦਾ ਰੋਟੀ ਤੋਂ ਵੀ ਆਵਾਜ਼ਾਰ, ਜੇ ਕੋਈ ਦਿਹਾੜੀ ਲੈ ਕੇ ਜਾ ਰਿਹਾ ਉਹ ਵਿਚਾਰਾ ਰੋਟੀ ਤੋਂ ਆਵਾਜ਼ਾਰ ਹੋ ਜਾਏਗਾ। ਅਸੀਂ ਸਾਰੇ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਹਾਂ ਵੀ ਸਾਰਿਆਂ ਵਾਸਤੇ ਇਨਸਾਫ ਇੱਕ ਹੋਣਾ ਚਾਹੀਦਾ ਅਤੇ ਥੋੜ੍ਹਾ ਜਿਹਾ ਸਖਤੀ ਵਰਤਣੀ ਚਾਹੀਦੀ ਹੈ ਵੀ ਹਾਂ ਵੀ ਜਿਵੇਂ ਗੁੰਡਾਗਰਦੀ ਪੰਜਾਬ ਚੱਲ ਰਹੀ ਹੈ ਜਾਂ ਵੀ ਕਤਲੇਆਮ ਚੱਲ ਰਹੀ ਹੈ, ਹਰ ਚੀਜ਼ ਗਲਤ ਹੋ ਰਿਹਾ ਬਹੁਤ ਜ਼ਿਆਦਾ ਪੰਜਾਬ ਦੇ ਵਿੱਚ, ਥੋੜ੍ਹਾ ਜਿਹਾ ਸਖਤੀ ਵਰਤੋ ਅਤੇ ਥੋੜ੍ਹਾ ਜਿਹਾ ਇਹ ਜਿਹੜੀ ਚੀਜ਼ਾਂ ਨੂੰ ਸੁਧਾਰ ਵਿੱਚ। ਨੁਕਸਾਨ 10-12 ਹਜ਼ਾਰ ਦਾ ਹੋਇਆ, ਨੁਕਸਾਨ ਦਾ ਤਾਂ ਚਲੋ 10-12 ਹਜ਼ਾਰ ਦਾ ਹੋਇਆ, ਪਰ ਜੇ ਕਿਤੇ ਡਿੱਗ ਕੇ ਸੱਟ ਲਾ ਜਾਂਦੇ ਜਾਂ ਜਿਵੇਂ ਉਹਨਾਂ ਨੇ ਉਹਨਾਂ ਕੋਲੇ ਪਿਸਟਲ ਸੀ ਜਾਂ ਉਹਨਾਂ ਨੇ ਪਿਸਟਲ ਜਿਵੇਂ ਗੋਲੀ ਚਲਾ ਜਾਂਦੇ ਜਾਂ ਅਸੀਂ ਕਿੱਥੋਂ ਬੰਦਾ ਲੈ ਕੇ ਆਉਂਦੇ, ਸ਼ਰੇਆਮ ਦੂਜੇ ਹਥਿਆਰ ਲਈ ਫਿਰਦੇ ਨੇ, ਬੜਾ ਬੁਰਾ ਹਾਲ ਹੈ ਪੰਜਾਬ ਦੇ ਵਿੱਚ। ਥੋੜ੍ਹਾ ਜਿਹਾ ਪ੍ਰਸ਼ਾਸਨ ਨੂੰ ਜਾਂ ਸਰਕਾਰਾਂ ਨੂੰ ਚਾਹੀਦਾ ਧਿਆਨ ਦੇਣਾ।